सिखी सो थान पाले आ गुर सिखी सो थान पाले आ ले तुर मुख लावा तुर मुख लावा जिते जाए कहे मेरा सतगुरु सो थान सुहावा राम राजे जिते जाए बहे मेरा सतगुरु सो थान सुहावा राम राजे ताए पई गुर सिखा की काल ताए पई जिन्हार नाम ते आवा नाम ते आवा जिते जाए बहे मेरा सतगुरु सो थान सुहावा राम राजे जिते जाए बहे मेरा सतगुरु सतगुर पूजिया जिन नानक सतगुर पूजिया तिन्हार पूज करावा पूज करावा जिते जाए बहे मेरा सतगुरु सो थान सुहावा राम राजे जिते जाए बहे मेरा सतगुरु थान सुहावा राम राजे Thank you.
जिसका पहला नाम 41,000 रुपया सरदार गुरमेल सिंह सरदार दिंदर सिंह की याद है उन्होंने भतीजे हरप्रीत सिंह कनेडा वालों दिता जाना है। उन्होंने वालों 31,000 रुपये का सैकंड प्राइज दिता जाना है। इन्होंने दोनों परिवारों का बहुत बहुत धन्यवाद। तो एक मैं होर जरूरी अनाउंसमेंट करनी चाहना कि हरप्रीत सिंह कनेडा वालों अगले साल भी इनाम पहला डॉक्टर हो गया है। जो भी पंचायत उसका फैसला करूगी जिन्ना भी कहोगे तो पहला नाम हरप्रीत सिंह कनेडा वालों अगले साल अपने बाबा जी की याद में दिता जाना है। पहलवान जीरा साड़ी बेनती है कि उन्होंने खारे दी प्लेटां लगियां आ दरियां बिछियां आ उन्होंने उपर आके बैठन की कृपालता करो ਆਂਟਰਾ
ਕੁਆਲਿਟੀ ਪਾ ਦੋ ਯਾਰ ਭਾਈ ਬ੍ਰਾਮ ਥਾਣੇ ਤੋਂ ਸਾਡੇ ਰਮਨ ਕੁਮਾਰ ਜੀ ਸਾਡੇ ਵਿਚਕਾਰ ਪਹੁੰਚੇ ਆ। ਅਸੀਂ ਪ੍ਰਬੰਧਕ ਕਮੇਟੀ ਵੱਲੋਂ ਗ੍ਰਾਮ ਪੰਚਾਇਤ ਫਰਾਲਾ ਵੱਲੋਂ ਸਾਰੇ ਲੱਖ ਲੱਖ ਮੁਬਾਰਕ ਦੇ ਪਾਤਰ ਵਾ। ਦਰਸ਼ਕ ਤਾੜੀਆਂ ਮਾਰ ਦੋ ਜ਼ੋਰ ਦੇ ਨਾਲ। ਅੱਜ ਪਹਿਲੀ ਕੋਸ਼ਿਸ਼ ਦੇ ਮੇਲਾ ਖੜਾ ਸਜਿਆ ਪੈਸੇ ਦੀ ਪੁਆਈ ਸਤਿਗੁਰ ਨਾਨਕ ਗੁਰੂ ਨਾਨਕ ਦੇਵ ਵੱਡੀ ਵਡਿਆਈ ਜਿੱਥੇ ਕਿ ਗੁਰੂਆਂ ਦੀ ਧਰਤੀ ਪੀਰਾਂ ਦੀ ਪੀਰਾਂ ਦੀ ਧਰਤੀ ਯੋਧਿਆਂ ਦੀ ਧਰਤੀ ਨੀਲੇ ਜੰਗ ਦੇ ਵਿੱਚ ਕੰਗੀ ਦੂਜੇ ਪਾਸੇ ਦੀਪਾ ਲਾ ਵੀ ਕਾਮੀ ਚੱਕਦਾ ਨੇ ਤੇ ਵਰਿੰਦਰ ਮੁੰਨਿਆ ਵਾਲਾ ਇਹ ਵੀ ਤਿਆਰ ਹੋ ਕੇ ਨੰਬਰ 2 ਦੇ ਵਿੱਚ ਆਜਵੇ। ਵਰਿੰਦਰ ਪਹਿਲਵਾਨ ਮੁੰਨਾ ਵਰਿੰਦਰ ਵੀ ਮੁੰਨਾ ਤੇ ਦੂਜੇ ਪਾਸੇ ਕਾਮੀ ਪਹਿਲਵਾਨ ਚੱਕਦਾ ਨੇ। ਇਹਨਾਂ ਨੂੰ ਬੇਨਤੀ ਹੈ ਤਿਆਰ ਹੋਣ। ਘੁੱਗੀ ਧਲੇਤਾ ਤੇ ਦੀਪਾ ਬਾੜੋਵਾਲ, ਅੰਕਿਤ ਧਲੇਤਾ, ਮਨੀ ਰਾਮ ਡੱਬਾ, ਜਸਕਾਰਨ ਬਾੜੋਵਾਲ ਤੇ ਕਾਕਾ ਹਜ਼ੀਆਬਾਦ कोई भी किसी के ऐसा की चीज ना पाई हो जिन्हें भलवान के ठंड लगे तिखी चीज कोई ना पाई हो अटोले तो काका ला दे। ਰੈਫਰੀ ਸਾਹਿਬ ਨੂੰ ਆਪਣਾ ਕਾਰ ਫੜਾ ਕੇ ਕੁਰਸੀ ਸ਼ੁਰੂ ਕਰੇ। ਠੀਕ 5 ਵਜੇ ਬਈ ਕਮਲ ਦੂਮ ਛੇੜੀ ਤੇ ਲਾਲੀ ਅੰਮ੍ਰਿਤਸਰ ਵਿਚਕਾਰ ਪਾਕੇ ਦੀ ਕੁਰਸੀ ਹੋਊਗੀ। 5 ਵਜੇ ਇਹ ਵੀ ਪਿੰਡ ਦੇ ਵਿੱਚ ਆ ਜਾਣ। ਅਖਾੜਾ ਸੁਨੇਤੇ ਤੋਂ ਅੰਕਿਤ ਪਹਿਲਵਾਨ, ਰਾਮਪੁਰ ਡੱਬੇ ਦੀ ਧਰਤੀ ਦਾ ਸੋਨੂ,
बहुत ही वधिया अंदाज दे नाल उसले पासे कंगी थले पासे दीपा बड़ो आ रही है ऐसे ले पासे जाख लाने दी धरती दा दूजे पासे काला जा गया अंकित लेदा तेरापो डब्बे वाले नौजवान ने बेनती होगी पेट दे बैठ जाओ बहुत ही वधिया शानदार कुर्सी के मुकाबले चैंपियन नु मिलने है जिथे कि फराले दी धरती खेतां दा जेड़ा मक्का मन्या जांदा जिथों कि हर खेत दे विच इस नगर दा कोई ना कोई जेड़ा खिलाड़ी जिन्हें पंजाब ਦਾ ਨਾਂ ਤੇ ਨਗਰ ਦਾ ਨਾਂ ਹਿੰਦੁਸਤਾਨ ਦੀ ਧਰਤੀ ਤੇ ਉੱਚਾ ਕੀਤਾ ਸਾਡੇ ਹੋ ਖਾੜਿਆਂ ਦੇ ਨੌਜਵਾਨਾਂ ਦੇ ਜਿਹੜੇ ਜੌਹਰ ਦੇਖਣ ਨੂੰ ਮਿਲ ਗਏ ਦਰਸ਼ਕ ਵੀਰ ਨੂੰ ਬੇਨਤੀ ਆ ਮੋਟਰਸਾਈਕਲ ਭਾਜੀ ਲਾਂਬੇ ਲਾ ਦਿਓ ਰਸਤੇ ਦੇ ਪਿੱਛੇ ਮੇਰੇ ਵੀਰ ਮੋਟਰਸਾਈਕਲ ਉੱਧਰ ਲਾ ਜਾਓ ਆਪ ਬੈਠੋ ਤੁਸੀਂ ਮੋਟਰਸਾਈਕਲ ਆਪਾਂ ਅੰਦਰ ਨਹੀਂ ਲੈ ਕੇ ਆਉਣਾ ਆਹ ਪਿੱਛੇ ਲਾ ਦਿਓ ਭਾਜੀ ਬਹੁਤ ਹੀ ਵਧੀਆ ਸ਼ਾਨਦਾਰ ਕੁਰਸੀ ਦੇ ਮੁਕਾਬਲੇ ਦੋਨਾਂ ਮੁਕਾਬਲੇ ਚੱਲਦੇ ਆ ਜਿਹਦੇ ਪਾਸੇ ਗੋਰੇ ਰੰਗ ਦੇ ਵਿੱਚ ਹਲਕੀ ਉਮਰ ਨੀਲਾ ਜੰਗੀਆ ਜਿਹਨੂੰ ਗੱਗੀ ਕਹਿੰਦੇ ਆ ਥੱਲੇ ਪਾਸੇ ਦੀਪਾ ਇਸਲੇ ਪਾਸੇ ਚੱਕਦਾਨੇ ਵਾਲਾ ਨੌਜਵਾਨ ਤੇ ਦੂਜੇ ਪਾਸੇ ਕਾਲਾ ਜੰਗੀਆ ਅੰਕਿਤ ਲੇਤਾ ਤੁਹਾਨੂੰ ਰੱਬ ਡੱਬਾ ਇਹ ਵੀ ਆ ਜਾਓ ਪਿੰਡ ਦੇ ਵਿੱਚ ਬਹੁਤ ਹੀ ਵਧੀਆ ਸਾਡੇ ਹੌਖਾੜਿਆਂ ਦੇ ਹਲਕੀ ਹਲਕੀ ਪੰਜਾਬ ਦੀ ਜਵਾਨੀ ਅੱਜ ਇਸ ਧਰਤੀ ਤੇ ਜੋਹਰ ਹਲੂ ਜਿੱਥੇ ਕਿ ਪਟਕੇ ਦੀ ਕੁਸ਼ਤੀ ਹਿੰਦੁਸਤਾਨ ਦਾ ਗੱਦੇ ਤੇ ਮਿੱਟੀ ਦੀ ਕੁਸ਼ਤੀ ਦੇ ਲੜਨ ਵਾਲਾ ਰੁਸਤਮ ਕਮਲ ਦੂਜੇ ਪਾਸੇ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਦੀ ਧਰਤੀ ਅਖਾੜਾ ਕੁਹਾਰੀ ਤੋਂ ਪਦਾਰਥ ਦਾ ਛੋਟਾ ਪੱਠਾ ਸਵਰਗੀਆ ਹਕੂਮਤ ਰਾਜ ਕੋਚ ਅੰਮ੍ਰਿਤਸਰ ਲਾਲੀ ਪਹਿਲਵਾਨ ਉਹਨਾਂ ਦੀ ਅੱਜ ਪਟਕੇ ਤੇ ਕੁਸ਼ਤੀ ਕਰਾਈ ਜਾਣੀ ਹੈ ਜਿੱਥੇ ਕਿ ਬਹੁਤ ਹੀ ਵੱਡੀ 48,000 ਤੇ 31,000 ਰੁਪਏ ਦੇ ਇਨਾਮ ਦੇ ਨਾਲ ਦੋਨਾਂ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ ਜਾਣਾ ਦੂਸਰੇ ਨੰਬਰ ਦੀ ਕੁਸ਼ਤੀ ਕਹਿੰਦੇ ਫਗਵਾੜੇ ਤੋਂ ਭੁੱਲਾ ਰਾਈ ਤੋਂ ਬਿਲਕੁਲ ਸੱਜੇ ਹੱਥ 5 ਕਿਲੋਮੀਟਰ ਤੇ ਬਸਿਆ ਸਕਤਪੁਰ ਦੀ ਧਰਤੀ ਅਖਾੜਾ ਧੂਆ ਧੰਗੜੀ ਗੱਗੂ ਪਹਿਲਵਾਨ ਸਕਤਪੁਰ ਅਜਨਾਲੇ ਦਾ ਭੁਪਿੰਦਰ ਇਹਨਾਂ ਦੇ ਜਿਹੜੇ ਜੌਹਰ ਦੇਖਣ ਨੂੰ ਮਿਲਣਗੇ ਬਹੁਤ ਹੀ ਵੱਡੇ ਮਾਣ ਵਾਲੀ ਗੱਲ ਹੈ ਜਿੱਥੇ ਕਿ ਸਾਡੀ ਪ੍ਰਬੰਧਕ ਕਮੇਟੀ ਦੇ ਵੱਲੋਂ ਸੱਦੇ ਹੋ ਖਾੜਿਆਂ ਦੇ ਅੰਕਿਤ ਵੀ ਆ ਜਾਓ ਅੰਕਿਤ ਬੇਟਾ ਆ ਜਾਓ ਅੰਕਿਤ ਤੇ ਰੱਬ ਡੱਬੇ ਵਾਲਾ ਨੌਜਵਾਨ ਕਾਰਡ ਨਾਲ ਲੈ ਕੇ ਆਓ ਦਾਲ ਇਸ਼ਰੀ ਕਹਿੰਦਾ ਚੱਲਣੀ ਬੜੀ ਔਖੀ ਪਹਿਲੀ ਕੋਸ਼ਿਸ਼ ਦਾ ਜੇਤੂ ਗੱਗੀ ਤੇ ਲੈਂਦਾ ਹੈਲੋ ਬਈ ਜਨਾ ਨੌਜਵਾਨ ਵੀਰਾਂ ਦੀ ਡਿਊਟੀ ਲਾਈ ਤੇ ਰੈਫਰ ਕਰਨ ਲਈ ਉਹਨਾਂ ਨੂੰ ਬੇਨਤੀ ਆ ਵੀ ਉੱਥੇ ਘੱਟੋ ਘੱਟ 4 ਰੈਫਰੀ ਦਾ ਚਾਹੀਦੇ ਆ 4 ਰੈਫਰੀ ਚਾਹੀਦੇ ਘੱਟੋ ਘੱਟ ਉਹ ਪਹੁੰਚਣ ਦੀ ਕਿਰਪਾਲਤਾ ਕਰੋ ਚਲੋ ਭਾਜੀ ਜਲਦੀ ਅੰਕਿਤ ਵਿੱਚ ਲੇਤਾ ਤੁਹਾਨੂੰ ਰੱਬ ਡੱਬੇ ਦੀ ਧਰਤੀ ਦਾ ਉਹ ਵੀ ਪਿੰਡੇ ਵਿੱਚ ਆ ਜਾਓ ਸਾਡੇ ਹੋ ਖਾੜਿਆਂ ਦੇ ਨਾਮ ਅੱਜ ਪਿੰਡ ਦਾ ਸ਼ਿੰਗਾਰ ਬਣੂਗੇ ਜਿਹਨਾਂ ਨੇ ਵੀ ਪ੍ਰਬੰਧਕ ਕਮੇਟੀ ਸਮਿਤੀ ਕਮੇਟੀ ਦੇ ਸਾਡੇ ਤੇ ਗਏ ਆ ਇਹ ਆ ਗੱਗੀ ਹਲਕੀ ਉਮਰ ਦਾ ਨੌਜਵਾਨ ਬਹੁਤ ਹੀ ਵਧੀਆ ਜਿਹਨੇ ਕੁਰਸੀ ਜਿੱਤ ਕੀਤੀ ਆ ਤੁਹਾਨੂੰ ਆ ਜਾਓ ਤੁਹਾਨੂੰ ਹੱਥ ਕੜਾ ਕਰ ਲਓ ਅੰਕਿਤ ਵੀ ਆ ਜਾਓ ਬਲਵਿੰਦਰ ਭਾਈ ਰਾਪੁਰ ਡੱਬਾ ਤੇ ਗੌਰਵ ਸ਼ਿਵਾੜੀ ਇਹ ਵੀ ਤਿਆਰ ਹੋ ਕੇ ਪਿੰਡ ਦੇ ਵਿੱਚ ਪਹੁੰਚਣ ਗੌਰਵ ਸ਼ਿਵਾੜੀ ਬਲਵਿੰਦਰ ਰਾਪੁਰ ਡੱਬਾ ਬਾੜੋਵਾਲ ਕਾਕਾ ਹਰੀਆਬਾਦ ਇਹ ਵੀ ਤਿਆਰ ਹੈ
ਇਹਦੇ ਨਾਲ ਕਾਲੂ ਰਾਪੜ ਟੱਪਾ ਤੇ ਮੋਹਣਾ ਹਰਜਾਵਾਲ ਇਹ ਵੀ ਤਿਆਰ ਹੈ, ਬੀਜਾ ਰਾਪੜ ਟੱਪਾ ਤੇ ਅਮਿਤ ਸ਼ਿਵਾੜੀ, ਬਲਵਿੰਦਰ ਰਾਪੜ ਟੱਪਾ ਤੇ ਗੌਰਵ ਸ਼ਿਵਾੜੀ ਤੇ ਸਾਡੀਆਂ ਸੀਲੀਆਂ ਗੋਸੀਆਂ ਚਾਲੀਆਂ ਸੀਲੇ ਸਾਰੇ ਭਲਵਾਨਾਂ ਨੂੰ ਬੇਨਤੀ ਹੈ ਵੀ ਜਿਹਨਾਂ ਦੇ ਨਾਮ ਮੈਂ ਅਨਾਉਂਸ ਕਰਦਾ ਤਿਆਰ ਵਾਰ ਤਿਆਰ ਹੋ ਕੇ ਆਪਾਂ ਕੋਲ ਚਾਰ ਚਾਰ ਗੋਸੀਆਂ ਅਤੇ ਸਰਦਾਰ ਮਹਿੰਦਰ ਸਿੰਘ ਦੀ ਯਾਦ ਵਿੱਚ ਉਹਨਾਂ ਦੇ ਭਤੀਜੇ ਹਰਪ੍ਰੀਤ ਸਿੰਘ ਕੈਨੇਡਾ ਵੱਲੋਂ ਦਿੱਤਾ ਜਾਣਾ ਜੋ ਕਿ ਗਦਾਵਰ ਸਿੰਘ ਦਾ ਭਾਈ ਆ ਤੇ ਸੈਕਿੰਡ ਇਨਾਮ 31,000 ਰੁਪਈਆ ਅਵਤਾਰ ਸਿੰਘ ਤਾਰੀ ਸਾਡਾ ਸਰਦਾਰ ਚਰਨ ਸਿੰਘ ਜੀ ਸਾਡੇ ਜਨੈਲ ਭਾਜੀ ਦੇ ਛੋਟੇ ਭਾਈ ਉਹਨਾਂ ਵੱਲੋਂ ਦਿੱਤਾ ਜਾਣਾ। ਸੈਕਿੰਡ ਕੁਸ਼ਤੀ ਜਿਹੜੀ ਆ ਭੁਪਿੰਦਰ ਅਜਨਾਲਾ ਤੇ ਗੱਗੂ ਸੰਗਤਪੁਰ ਵਿਚਕਾਰ ਹੋਵੇਗੀ ਜਿਸਦਾ ਨਾਮ 8,000 ਤੇ 7,000 ਰੁਪਈਆ ਨੰਬਰਦਾਰ ਬੋਤਾ ਸਿੰਘ ਵੱਲੋਂ ਦਿੱਤਾ ਜਾਣਾ ਆਪਣੇ ਪੋਤੇ ਸ਼ਾਨਪ੍ਰੀਤ ਦੇ ਜਨਮ ਦੀ ਖੁਸ਼ੀ ਵਿੱਚ ਤੇ ਛੋਟੇ ਬੇਟੇ ਧਰਮਿੰਦਰ ਸਿੰਘ ਦੇ ਆਸਟ੍ਰੇਲੀਆ ਵਿੱਚ ਪੱਕਾ ਹੋਣ ਦੀ ਖੁਸ਼ੀ ਵਿੱਚ ਇਹਨਾਂ ਸਾਰੇ ਪਰਿਵਾਰਾਂ ਦਾ ਅਸੀਂ ਪ੍ਰਬੰਧਕ ਕਮੇਟੀ ਵੱਲੋਂ ਗ੍ਰਾਮ ਪੰਚਾਇਤ ਪਰਾਲਾ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਨੌਜਵਾਨ ਦੇ ਸ਼ਾਇਦ ਕੋਈ ਥੋੜੀ ਜਿਹੀ ਸੱਟ ਲੱਗ ਗਈ ਆ ਤੇ ਇਹਨੂੰ ਬਾਹਰ ਜਾ ਕੇ ਕੋਈ ਡਾਕਟਰੀ ਸਹਾਇਤਾ ਦਿੱਤੀ ਜਾਵੇ। ਦਵਿੰਦਰ ਕਿੱਥੇ ਆ ਯਾਰ? ਪਹਿਲਾਂ ਕਿਹਾ ਸੀ ਵਾਲੇ ਬਿਲਕੁਲ ਤਿਆਰ ਆਓ, ਬੀ ਵਾਲੇ ਵੀ ਜਿਹਨਾਂ ਦੇ ਨਾਲ ਹੈ ਤਿਆਰ ਆਓ। ਹੈਲੋ, ਤੇ ਜਿੰਨੇ ਵੀ ਪਹਿਲਵਾਨ ਵੀਰ ਆਏ ਆ ਸਾਰਿਆਂ ਨੂੰ ਪਤਾ ਕਿ ਸਭ ਤੋਂ ਪਹਿਲਾਂ ਸੀਲੀਆਂ ਕੁਸ਼ਤੀਆਂ ਹੋਣੀਆਂ ਤੇ ਸਾਰੇ ਸੀ ਵਾਲੇ ਪਹਿਲਵਾਨ ਆਪਣੇ ਆਪ ਦੀ ਤਿਆਰੀ ਕਰਕੇ ਰੱਖੋ। ਜਦੋਂ ਵੀ ਨਾ ਉਹਨਾਂ ਦਾ ਅਨਾਉਂਸ ਹੁੰਦਾ ਜਾਂ ਕੁਸ਼ਤੀ ਅਨਾਉਂਸ ਹੁੰਦੀ ਆ ਉਹ ਉਸੇ ਟਾਈਮ ਖਾਲੇ ਦੇ ਵਿੱਚ ਪਹੁੰਚ ਜਾਣ ਤੇ ਬੀ ਵਾਲੇ ਵੀ ਜਿਹਨਾਂ ਦੇ ਨਾਂ ਸਾਰੇ ਤਿਆਰ ਰਹਿਣ। ਉਸ ਤੋਂ ਬਾਅਦ ਮੈਂ ਬੇਨਤੀ ਕਰਦਾ ਬੀ ਵਾਲੇ ਭਲਵਾਨ ਉਹ ਵੀ ਸਾਰੇ ਤਿਆਰ ਰਹਿਣ। ਦਵਿੰਦਰ ਹੱਥ ਨਾਲ ਕਰ ਲਓ, ਬਹੁਤ ਹੀ ਸ਼ਾਨਦਾਰ ਕੁਰਸੀਆਂ ਦਾ ਮੁਕਾਬਲੇ ਚੱਲ ਰਹੇ ਆ ਪੰਜਾਬ ਦੇ ਹਲਕੇ ਹਲਕੇ ਪੇਟ ਜਿੱਥੇ ਕਿ ਰਾਪੜ ਟੱਪੇ ਦੀ ਧਰਤੀ ਦਾ ਇੱਧਰ ਪਾਸੇ ਹਰੀਆਬਾਦ ਉੱਧਰ ਪਾਸੇ ਧਨੇਜੇ ਵਾਲੇ ਨੌਜਵਾਨ ਵੀ ਸਾਡੇ ਕੋਲ ਨਜ਼ਰ ਆ ਰਹੇ। ਸਿਰਫ ਸੱਦੇ ਹੋਏ ਅਖਾੜਿਆਂ ਦੇ ਨੌਜਵਾਨ ਜਿਹੜੇ ਆ ਅੱਜ ਇਸ ਅਖਾੜੇ ਦਾ ਮਾਣ ਬਣਨਗੇ ਦਵਿੰਦਰ ਤੇ ਬਲਵਿੰਦਰ ਰਾਓ ਜੀ। ਹੈਲੋ, ਤੇ ਜਿੰਨੇ ਵੀ ਸਮੂਹ ਸਾਹ ਸੰਗਤ ਆਈ ਆ ਸਾਰਿਆਂ ਨੂੰ ਸਾਡੀ ਬੇਨਤੀ ਆ ਕਿ ਬਈ ਗੁਰੂ ਕਾ ਲੰਗਰ ਗੁਰਦੁਆਰਾ ਗੁਰੂ ਰਾਜ ਸਾਹਿਬ ਵਿਖੇ ਚੱਲ ਰਿਹਾ, ਕੋਈ ਵੀ ਪਹਿਲਵਾਨ ਵੀਰ ਦਰਸ਼ਕ ਵੀਰ ਲੰਗਰ ਛਕਣਾ ਚਾਹੁੰਦਾ ਹੋਵੇ ਤਾਂ ਉਹ ਗੁਰੂ ਕਾ ਲੰਗਰ ਛਕ ਸਕਦਾ। ਗੁਰਦੁਆਰਾ ਗੁਰੂ ਰਾਜ ਸਾਹਿਬ ਵਿਖੇ ਗੁਰੂ ਕਾ ਲੰਗਰ ਚੱਲ ਰਿਹਾ ਤੇ ਇੱਕ ਹੋਰ ਬੇਨਤੀ ਆ ਵੀ ਕੋਈ ਵੀ ਵੀਰ ਸ਼ਰਾਬ ਪੀ ਕੇ ਗਰਾਊਂਡ ਦੇ ਲਾਗੇ ਛਾਗੇ ਜਾਂ ਦੂਰ ਦੁਰਾਡੇ ਵੀ ਨਾ ਦਿੱਤੇ, ਕਿਉਂਕਿ ਗੱਲ ਥੋੜ੍ਹੀ ਜਿਹੀ ਘਟਨਾ ਇੱਕ ਵਾਪਰੀ ਤਾਂ ਅਸੀਂ ਨਹੀਂ ਚਾਹੁੰਦੇ ਕਿਸੇ ਵੀ ਵੀਰ ਦੀ ਕੋਈ ਇਨਸਾਫ ਹੋਵੇ ਜਾਂ ਕੋਈ ਗੱਲਬਾਤ ਹੋਵੇ। ਕੋਈ ਵੀ ਵੀਰ ਸ਼ਰਾਬ ਪੀ ਕੇ ਅਖਾੜੇ ਦੇ ਲਾਗੇ ਜਾਂ ਸਟੇਜ ਦੇ ਲਾਗੇ ਜਾਂ ਕਿਤੇ ਵੀ ਆਉਣ ਦੀ ਕਿਰਪਾਲਤਾ ਨਾ ਕਰੇ। ਸਾਨੂੰ ਸਾਡੀ ਸਾਰਿਆਂ ਨੂੰ ਹੱਥ ਵੰਨ ਕੇ ਬੇਨਤੀ ਆ ਫਿਰ ਮੈਂ ਸੀ ਦੇ ਭਲਵਾਨਾਂ ਦੀ ਲਿਸਟ ਰਿਪੀਟ ਕਰਦਾ ਜਿਹੜਾ ਵੀ ਜੋੜ ਰਹਿ ਗਿਆ ਉਹਨਾਂ ਨੂੰ ਬੇਨਤੀ ਹੈ ਪਿੰਡ ਦੇ ਵਿੱਚ ਆਓ। ਘੁੱਗੀ ਸਲੇਤਾ ਤੇ ਦੀਪਕ ਕੁਸ਼ਤੀ ਲੜਕਾ ਗੁਰਿੰਦਰ ਤੇ ਰਾਮੀ ਅੰਕਿਤ ਤੇ ਸੋਨੂੰ ਰਾਪੜ ਟੱਪਾ ਅੰਕਿਤ ਤੇ ਸੋਨੂੰ ਨੂੰ ਬੇਨਤੀ ਹੈ ਪਿੰਡ ਦੇ ਵਿੱਚ ਆ ਜਾਓ। ਇਹਨਾਂ ਨਾਲ ਜਸਕਾਰ ਪਾੜੋਵਾਲ ਕਾਕੇ ਦੀ ਵੀ ਕੁਸ਼ਤੀ ਹੋ ਗਈ ਆ, ਬੀਜਾ ਰਾਪੜ ਟੱਪਾ ਅਮਿਤ ਸ਼ਿਵਾੜੀ ਬਲਵਿੰਦਰ ਸਲੇਤਾ ਤੇ ਟਿੰਕੂ ਭੂਆ ਧਮਣੀ ਬਲਵੀਰ ਪੀਲਾ ਪਾੜੋਵਾਲ ਤੇ ਰਿੱਕੀ ਹਰੀਆਬਾਦ ਦੀਆਂ ਕੁਰਸੀਆਂ ਦੇ ਅਗਲੇ ਭਲਵਾਨ
जिन्हां दे विच पहली कुश्ती अखाड़ा कलेता ते शरीफ वत जीता, दूसरी कुश्ती बीपी सिंह कलेता टिंकू कुआ तमड़ी, तीसरी कुश्ती पीरा बाड़ वालिया तेरी की हरियाबाद। उसों पहला जेडे मैं नाउ अनाउंस कीतिया, जेकर सी दी कुश्ती दा कोई भी भलवान रह गया उन्होंने बेनती है पेड़ के पंच के जौहर दालो सी दिया कुश्तियों के बच्चे जेडे कुश्ती रही उन्होंने बेनती है पेड़ के आओ अमित शेपाड़ी बीजा के राज बीजा अमित शेपाड़ी के नाले की कुर्सी है कराओ जी जिन्होंने अपने जमाने में दुनिया के जेडे रुस्तम कैमरे जित किया कैमरे ने गुंबे जित किया उस धरती का नौजवान पीला रापो डब्बा दूजे पास लाल जंगिया दिक्की पहलवान हदियाबाद इधरले पास साढ़े को उधरले पास टिंकू थले पास बीपी उधरले पास की कुर्सी जी है तकल वाली काला जंगिया उच्चा लंबा गबरू हल्की उम्र 15-16 साल तक जिन्हें 3-4 साल के पंजाब के तकलों के कहते तहल काम जाना दूजे पास साढ़े को बलवंत पहलवान जी माना वीरा लाल जंग रिंकी उधरले पास काले जंगे मुछ फट बबरू शरीफ
दूजे पासे जिंदा इधरले पासे टेंकू ते बीपी सिंह पंजाब के सजे हुए फाड़िया के नौजवान जेड़े आ अज फराले की धरती के चलन वाला कोसी वाला महंग फराले की धरती पंजाब की वह धरती जिथे बाजीवाल के खेत्र के हिंदुस्तान के लैवल से जेडे प्लेयर पैदा किए जिसे वेट लिफ्टिंग की गल करते हैं पावर लिफ्टिंग की गल करते हैं कबड्डी के भी बहुत ही वाली शानदार कुर्सी के मुकाबले जिसे आज का इतिहासक दिन शहीद आज भगत सिंह के जन्म दिहाड़े को समर्पण पंजाब के कोने कोनिया के खेल मेले कराए जाते हैं। इसके पास से साडा पटके के दावेदार कमल भी तकरीबन साढ़े को पहुंच चुका कमल पहलवान जी साढ़े को वह भी पहुंच चुके हैं जेडे भलवान से अस्सी कारण आ गया जी देखो भी वह भी आ जाओ असी अपनी नगर पंचायत प्रबंधक कमेटी एन आर आई वीर तो सारे का बहुत बहुत धन्यवाद। अजय ते रोहित इधर आ जाओ ਨਾਲੇ ਬਲਾਜਨ ਲਾਲ ਨੂੰ ਨਮਸਕਾਰ
अपने इधर पासे लाल जंग में जो ओमी दूजे पास मंगी रापर डब्बा मेरे वालों इस तरह अखाड़ा दलिया तो मंगेता पहलवान जी राणा पहलवान जी अखाड़ा शिवपणी अखाड़ा चलेता अखाड़ा इधर पास चमड़ी अखाड़ा चलेता सारे
जिन्हें भी दूर दराजे साह संगत आई है अभी अपनी प्रबंधक कमेटी वालों सारे जी आया आखते हैं तो सारे बेनती है भी जिते भी जगह मैदी बैठने की कृपालता करो आले दुआले स्टेडियम के भी पौड़ियाँ बहुत आ इधर स्टेज भी जगह आ जिन्हें भी बजुर्ग सियाने बंदे हो जो भी बेनती चल के आया सारे बेनती है भी जिन्हें जिन्हें पहलवान वीरां का नाम बोलिया होता प्लीज जल्द से जल्द तैयार होकर अखाड़े के पहुंच जाया करो क्योंकि तो प्रॉब्लम आती है अखाड़ा खाली हो जाता ज एक अद्धी कुर्सी रह जाती है बेनती है कोपरेट करो टाइम तैयार होकर पहुंचो साबा भाई अमृतसर के दिशा चौंछड़ी दिशा भलवान चौंछड़ी वो भी तैयार हो गए थे साबा अमृतसर अंगद तलेटा छवी पहलवान चौंछड़ी अभी तैयार है भलवाना बेनती है जेडे भी भलवाना के असि नौ अनाउंस करते हैं साबा पहलवान अमृतसर दिशा पहलवान चौंछड़ी अंगद तलेटा छवी पहलवान चौंछड़ी ये भी तैयार होकर बैठते बैठे पंच की कृपालता कर बहुत वादिया शानदार कुर्सी के मुकाबले कहते जिसे कि अभी कुर्सी अभी गल होती है उसके पास अगस्त लेता छवी धूम छड़ी गुरु आते पीर की धरती मेरे पंजाब की धरती जिसे कि पीर पीर योध्या होनी जाता इस पत्र पंजाब के खेल खेलिया की अच्छे सरदारी लगता पुराने की धरती से चलने वाला बहुत वादिया चल रही कुर्सी का मुकाबला साबा अमृतसर की दीशा धूम छड़ी माण बरतते हैं बहुत बहुत धन्यवाद।
बाबा जगदाल सिंह जी बड़ी खुशी की गल है कि जिवें 2023
2012 का छिंज मेला चल रहा 2013 2014 इतने तो पहला नाम हमने ही आ गया 2013 का फिर हरप्रीत सिंह कनेडा वालों 2014 का जरा पटके का नाम दर्शक भी सारे खुला गुरु का लंगर चल रहा सारे बेनती है जोड़ा भी लंगर पानी करना चाहता सरदार संदीप सिंह होनी होर ने बहुत बढ़िया गुरु का लंगर तैयार करवाया कोई भी वीर जी जरूरत हो गुरु का लंगर छक करता लो जी इन्होंने नंबर दो की कुर्सी से जेकर उसको पहुंच चुके हैं सब तो पहले मैं थल्ला दिना गंगू पहलवान सुखिंदपुरिया जेकर पिंड के पहुंचे आप सारे सलामी देवे उन्होंने भुपिंदर पहलवान जी अजनाले तो जेकर वो भी पहुंच चुके वह भी सारे सलामी देन तो दोनों पहलवानों को बेनती है भी हाथी और कार गंगू पहलवान जी जिते भी संगतपुरिया नौजवान साड़ी बात सुनता उन्होंने बेनती है भी सारे सलामी देवे गंगू पहलवान जी संगतपुरिया अमना बाड़ो वालिया हरजीत भरौली शरणजीत बाड़ो संजिंदर ब्रह्मपुरिया।